ਸਵਾਗਤ ਹੈ ਤੁਹਾਡਾ ਲਾਈਫ ਮੰਟੋ ਯੂਟਿਊਬ ਚੈਨਲ ਦੇ ਵਿੱਚ। ਮੇਰਾ ਨਾਮ ਹੈ ਹਰਪ੍ਰੀਤ। ਅੱਜ ਦੀ ਵੀਡੀਓ ਵਿੱਚ ਤੁਹਾਨੂੰ ਮੈਂ ਦੱਸਣ ਜਾ ਰਿਹਾ ਹਾਂ ਇੱਕ ਐਕਸ਼ਨ ਦੇ ਬਾਰੇ, ਜਿਹਦੇ ਨਾਲ ਤੁਸੀਂ ਆਪਣੇ ਐਲਬਮ ਡਿਜ਼ਾਇਨਿੰਗ ਦੇ ਕੰਮ ਨੂੰ ਹੋਰ ਆਸਾਨੀ ਦੇ ਨਾਲ ਕਰ ਸਕਦੇ ਹੋ। ਉਹਦਾ ਯੂਜ਼ ਕੀ ਹੈ ਅਤੇ ਉਹਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ ਉਹਦੇ ਬਾਰੇ ਤੁਹਾਨੂੰ ਮੈਂ ਦੱਸਦਾ ਹਾਂ। ਅਤੇ ਇਹ ਐਕਸ਼ਨ ਨੂੰ ਡਾਊਨਲੋਡ ਕਰਨ ਦੇ ਲਈ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਮਿਲ ਜਾਏਗਾ, ਤੁਸੀਂ ਉੱਥੇ ਸਿੰਪਲੀ ਕਲਿੱਕ ਕਰਕੇ ਉਹਨੂੰ ਡਾਊਨਲੋਡ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਆਪਣੀ ਉਹ ਐਕਸ਼ਨ ਨੂੰ ਡਾਊਨਲੋਡ ਕਰ ਲਓ। ਡਾਊਨਲੋਡ ਕਰਨ ਤੋਂ ਬਾਅਦ ਜਿੱਥੇ ਵੀ ਉਹ ਸੇਵ ਹੋਇਆ ਹੋਏਗਾ ਉੱਥੇ ਉਹਨੂੰ ਡਬਲ ਟੈਪ ਕਰਨ ਤੋਂ ਬਾਅਦ ਉਹਨੂੰ ਇੰਸਟਾਲ ਕਰ ਲਓ। ਇੰਸਟਾਲ ਕਰਨ ਤੋਂ ਬਾਅਦ ਤੁਸੀਂ ਆਪਣੇ ਫੋਟੋਸ਼ੋਪ 'ਚ ਵਿੰਡੋ 'ਚ ਜਾਣ ਤੋਂ ਬਾਅਦ ਐਕਸ਼ਨ 'ਚ ਜਾ ਕੇ ਦੇਖ ਲੈਣਾ ਕਿ ਉਹ ਇੰਸਟਾਲ ਹੋਇਆ ਹੈ ਜਾਂ ਨਹੀਂ ਹੋਇਆ। ਸਭ ਤੋਂ ਪਹਿਲਾਂ ਤੁਸੀਂ ਇੱਕ ਇਮੇਜ ਨੂੰ ਫੋਟੋਸ਼ੋਪ 'ਚ ਓਪਨ ਕਰ ਲਓ। ਓਪਨ ਕਰਨ ਤੋਂ ਬਾਅਦ ਤੁਸੀਂ ਸਿੰਪਲੀ F2 ਪ੍ਰੈਸ ਕਰੋ। F2 ਪ੍ਰੈਸ ਕਰੋਗੇ ਤਾਂ ਦੇਖੋ ਕਿ ਉਹ ਕਾਪੀ ਹੋਣ ਤੋਂ ਬਾਅਦ ਉੱਥੇ ਖੁਦ ਬਾ ਖੁਦ ਡਿਲੀਟ ਹੋ ਚੁੱਕੀ ਹੈ। ਉਸ ਤੋਂ ਬਾਅਦ ਤੁਸੀਂ ਜਿੱਥੇ ਵੀ ਉਹ ਚੀਜ਼ ਨੂੰ ਪੇਸਟ ਕਰਨਾ ਚਾਹੁੰਦੇ ਹੋ, ਜਿਵੇਂ ਕਿ ਮੈਂ ਇੱਥੇ ਆ ਬੁੱਕਸ ਦੇ ਉੱਤੇ ਪੇਸਟ ਕਰਨਾ ਚਾਹੁੰਦਾ ਹਾਂ, ਜਿੱਥੇ ਸਿੰਪਲੀ ਮੈਂ F2 ਪ੍ਰੈਸ ਕਰਾਂਗਾ ਉਹਨੂੰ ਸਿਲੈਕਟ ਕਰਨ ਤੋਂ ਬਾਅਦ, ਤਾਂ ਉਹ ਖੁਦ ਬਾ ਖੁਦ ਉਹਦੇ ਉੱਤੇ ਪੇਸਟ ਹੋ ਜਾਏਗੀ। ਉਸ ਤੋਂ ਬਾਅਦ ਮੈਂ ਉਸਨੂੰ ਆਪਣੇ ਹਿਸਾਬ ਦੇ ਨਾਲ ਉਹਦੀ ਅਲਾਈਨਮੈਂਟ ਕਰ ਸਕਦਾ ਹਾਂ। ਉਸ ਤੋਂ ਬਾਅਦ ਜੇ ਤੁਸੀਂ ਮਰਜ ਵਾਲੀ ਬੈਕਗਰਾਉਂਡ ਦੇ ਉੱਤੇ, ਜੋ ਕਿ ਤੁਹਾਡੀ ਬੈਕਗਰਾਉਂਡ ਨਾਲ ਮਰਜ ਹੋਇਆ ਹੋਇਆ ਇਹ ਚੀਜ਼, ਉਹਦੇ ਉੱਤੇ ਤੁਸੀਂ ਐਕਸ਼ਨ ਨੂੰ ਯੂਜ਼ ਕਰਨਾ ਚਾਹੁੰਦੇ ਹੋ, ਤਾਂ ਸਿੰਪਲੀ ਤੁਸੀਂ ਬੁੱਕਸ ਦੇ ਉੱਤੇ ਸਿਲੈਕਸ਼ਨ ਟੂਲ ਨਾਲ ਇੱਕ ਸਿਲੈਕਸ਼ਨ ਬਣਾ ਲੈਣੀ ਹੈ। ਸਿੰਪਲੀ ਉੱਤੇ ਕਲਿੱਕ ਕਰਨ ਕੇ ਤੁਸੀਂ F4 ਪ੍ਰੈਸ ਕਰ ਦੇਣਾ। ਜਿੱਦਾਂ ਦੀ F4 ਪ੍ਰੈਸ ਕਰੋਗੇ ਉਹ ਇਮੇਜ ਆਪਣੇ ਆਪ ਬੁੱਕਸ ਦੇ ਅੰਦਰ ਫਿੱਟ ਹੋ ਜਾਏਗੀ। ਅਤੇ ਇਹਦੀ ਸਭ ਤੋਂ ਖਾਸ ਗੱਲ ਇਹ ਵੀ ਹੈ ਕਿ ਤੁਸੀਂ ਉਹ ਬੁੱਕਸ ਨੂੰ ਉਸ ਤੋਂ ਬਾਅਦ ਸਟ੍ਰੋਕ ਵੀ ਦੇ ਸਕਦੇ ਹੋ। ਜਿੱਦਾਂ ਤੁਸੀਂ ਲੇਅਰ ਦੇ ਉੱਤੇ ਜਾ ਕੇ ਉਹਨੂੰ ਡਬਲ ਟੈਪ ਕਰੋਗੇ, ਡਬਲ ਟੈਪ ਕਰਨ ਤੋਂ ਬਾਅਦ ਤੁਸੀਂ ਉੱਥੇ ਸਿੰਪਲੀ ਉਹਨੂੰ ਤੁਸੀਂ ਸਟ੍ਰੋਕ ਦੇ ਸਕਦੇ ਹੋ ਕੋਈ ਵੀ ਕਲਰ ਦੀ। ਅਤੇ ਇੱਕ ਹੋਰ ਚੀਜ਼ ਧਿਆਨ ਨਾਲ ਦੇਖ ਲੈਣਾ ਕਿ ਜੋ ਵੀ ਤੁਹਾਡੇ ਸਿਲੈਕਸ਼ਨ ਟੂਲ ਹੋਵੇ, ਜੋ ਮੂਵ ਟੂਲ ਜਿਹਨੂੰ ਅਸੀਂ ਕਹਿੰਦੇ ਸਭ ਤੋਂ ਪਹਿਲੇ ਨੰਬਰ ਵਾਲਾ, ਉਹਦੀ ਆਟੋ ਸਿਲੈਕਸ਼ਨ ਔਨ ਹੋਵੇ। ਉਹਦੇ ਨਾਲ ਕੀ ਹੋਏਗਾ ਕਿ ਕੋਈ ਵੀ ਚੀਜ਼ ਨੂੰ ਤੁਸੀਂ ਕਲਿੱਕ ਕਰੋਗੇ ਉਹ ਖੁਦ ਬਾ ਖੁਦ ਸਿਲੈਕਟ ਹੋ ਜਾਏਗੀ ਅਤੇ ਤੁਹਾਨੂੰ ਬਹੁਤ ਆਸਾਨੀ ਹੋਏਗੀ ਡਿਜ਼ਾਇਨਿੰਗ ਦੇ ਵਿੱਚ। ਅਤੇ ਜੇ ਤੁਹਾਨੂੰ ਐਕਸ਼ਨ ਵਧੀਆ ਲੱਗੇ ਤਾਂ ਇਹਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਅਤੇ ਇਹਨੂੰ ਯੂਜ਼ ਕਰ ਸਕਦੇ ਹੋ ਆਪਣੇ ਐਲਬਮ ਡਿਜ਼ਾਇਨਿੰਗ ਜਾਂ ਹੋਰ ਵੀ ਚੀਜ਼ਾਂ ਦੇ ਵਿੱਚ। ਇਹਦਾ ਲਿੰਕ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਅਤੇ ਮਿਲਦੇ ਹਾਂ ਅਸੀਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤੁਹਾਨੂੰ ਲਾਈਕ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।